ਲੱਗਿਆ ਸੁਣ ਲਾ ਗੌਰ ਨਾਲ ਇਹ ਗੀਤ ਇਸ ਤਰ੍ਹਾਂ ਹੈ ਵੀ ਇੱਕ 65-70 ਸਾਲ ਦੇ ਬਾਬੇ ਦੇ ਘਰੇ ਇੱਕ ਕਾਕਾ ਪੈਦਾ ਹੋ ਜਾਂਦਾ ਹਾਂ ਧਿਆਨ ਦੇਣਾ ਕਾਕਾ ਜੇ ਤਾਂ ਪਹਿਲਾ ਹੁੰਦਾ ਫਿਰ ਲੋਕ ਕਹਿੰਦੇ ਵੀ ਰੱਬ ਦੇ ਘਰ ਦੇਰ ਹੈ ਨੇਰ ਨਹੀਂ ਪਰ ਪਹਿਲਾ ਕਾਕਾ ਨਹੀਂ ਹੈ ਇਹ ਕਾਕਾ ਦੂਜਾ ਹੈ ਪਹਿਲਾ ਕਾਕਾ ਵਿਆਹਿਆ ਭਰਿਆ ਹੋਇਆ ਅਤੇ ਜਦੋਂ ਪਹਿਲੇ ਕਾਕਾ ਵੱਡੇ ਮੁੰਡੇ ਨੂੰ ਪਤਾ ਲੱਗਾ ਬਈ ਘਰੇ ਇੱਕ ਭਾਈ ਹੋਰ ਜੰਮ ਪਿਆ ਉਹ ਉਦਾਸ ਬੈਠਾ ਉਹਦੇ ਘਰ ਵਾਲੀ ਉਹਨੂੰ ਪੁੱਛਦੀ ਆ ਵੀ ਤੂੰ ਕਿਉਂ ਉਦਾਸ ਹੈ ਤੂੰ ਕਿਹੜੀਆਂ ਸੋਚਾਂ 'ਚ ਪਿਆ ਹੋਇਆ ਉਹ ਕਹਿੰਦਾ ਭਲੀਏ ਲੋਕੇ ਮੈਂ ਤਾਂ ਸਿਰਫ ਇਹ ਸੋਚਦਾ ਬਈ ਵਿਆਹ ਸਾਡਾ ਹੋਇਆ ਸੀ ਅਤੇ ਕਾਕਾ ਬਾਪੂ ਹੋਰਾਂ ਦੇ ਹੋ ਗਿਆ ਹਾਂਜੀ ਉਹਦੇ ਘਰ ਵਾਲੀ ਮਸ਼ਕਰੀ ਦੇ ਮੂਡ ਦੇ ਵਿੱਚ ਹੈ ਅਤੇ ਉਹ ਵਿਚਾਰਾ ਆਪਣੀ ਜ਼ਮੀਨ ਦੀ ਵੰਡ ਵੱਲੋਂ ਦੁਖੀ ਹੈ ਸੁਣਨਾ ਜ਼ਰਾ ਗੌਰ ਨਾਲ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਹੈ ਸ਼ਰੀਕ ਜੰਮ ਪਿਆ ਢਿੱਲੋ ਹੁਣ ਕੀ ਇਲਾਜ ਬਣਾਈਏ ਸ਼ਰੀਕ ਜੰਮ ਪਿਆ ਢਿੱਲੋ ਹੁਣ ਕੀ ਇਲਾਜ ਬਣਾਈਏ ਬਾਪੂ ਜੀ ਨੂੰ ਚਾਹ ਦਿਆ ਭੇਜ ਲਾ ਚਾਹ ਲੈ ਲਾ ਸਵਾਦ ਮੁੜੇ ਨੇ ਚਾਹ ਦਾ ਛਕਾ ਕੇ ਰੱਖ ਦਿੱਤਾ ਹਾਲੇ ਬੁੜੇ ਦੇ ਅਗਲੇ ਪ੍ਰੋਗਰਾਮ ਦਾ ਪੱਕਾ ਪਤਾ ਨਹੀਂ ਆਇਆ ਇੱਕ ਨਹੀਂ ਇਹ ਦੂਜੀ ਵਾਰੀ ਪਿਓ ਤੇਰੇ ਨਾਲ ਠੱਗੀ ਮਾਰੀ ਬਣ ਜਾਏ ਭਾਵੇਂ ਇੱਕ ਦਿਨ ਪਾਉਣਾ ਪਊ ਯਾਰ ਕਾਟਾ